ਹਾਂਜੀ ਪ੍ਰਧਾਨ ਜੀ ਕੀ ਨਾਮ ਕੀ ਆਪਣਾ? ਮੇਰਾ ਨਾਮ ਵਰਿੰਦਰ ਸਿੰਘ, ਮੈਂ ਸਵਾਈ ਆਗੂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ। ਅੱਜ ਜਿਹੜਾ ਅਸੀਂ ਇਹ ਨੈਸ਼ਨਲ ਹਾਈਵੇ ਚੰਡੀਗੜ੍ਹ ਬਠਿੰਡਾ ਜਾਮ ਕਰਿਆ, ਇਹ ਠੇਕਾ ਮੁਲਾਜ਼ਮਾਂ ਨੇ ਜਾਮ ਕਰਿਆ ਕਿਉਂਕਿ ਪਿਛਲੇ 4.5 ਸਾਲਾਂ ਤੋਂ ਜਿਵੇਂ ਕੈਪਟਨ ਨੇ ਲੋਕਾਂ ਨੂੰ ਪਾਗਲ ਅਤੇ ਬੁੱਧੂ ਬਣਾਇਆ, ਉਵੇਂ ਜੋਕਰ ਇਹ ਫੜ ਕੇ ਚੰਨੀ ਅਤੇ ਕੁਰਸੀ ਨੂੰ ਕੁਰਸੀ 'ਤੇ ਬਿਠਾ ਤਾ ਅਤੇ ਉਹ ਜਿਵੇਂ ਲਾਰਿਆਂ ਦੀ ਝੜੀ ਲਾਈ ਜਾਂਦਾ ਵੀ ਮੈਂ ਫਲਾਨਾ ਕੰਮ ਕਰਤਾ, ਧਮਕਾ ਕੰਮ ਕਰਤਾ, ਐਂ ਪੋਸਟਰ ਦੇਖ ਲਏ ਵੀ 36,000 ਬੰਦਾ ਪੱਕਾ ਕਰਤਾ, ਅਤੇ ਚਾਹੇ ਰਾਤ ਦੀਆਂ ਵੀ ਗੱਲਾਂ ਆਈਆਂ ਨਾ ਤਾਂ ਇਹਨੂੰ ਘੱਟੋ ਘੱਟ ਅਸੀਂ 40 ਮੰਗ ਪੱਤਰ ਦਿੱਤੇ, ਕੋਈ ਮੰਗ ਪੱਤਰ 'ਤੇ ਸਾਡੇ ਨਾਲ ਮੀਟਿੰਗ ਨਹੀਂ ਕਰੀ। ਪਿਛਲੇ ਦਿਨਾਂ ਦੇ ਵਿੱਚ ਵੀ 10 ਵਾਰੀ ਸਾਨੂੰ ਇਹਨੇ ਮੀਟਿੰਗਾਂ ਦਾ ਸਮਾਂ ਦਿੱਤਾ, ਲਿਖਤੀ, ਇੱਕ ਵੀ ਸਾਡੇ ਨਾਲ ਮੀਟਿੰਗ ਨਹੀਂ ਕਰੀ। ਕੱਲ੍ਹ ਵੀ ਮਤਲਬ ਕਿ ਸਾਡੇ ਨਾਲ CM ਦੀ ਮੀਟਿੰਗ ਤਾਂ ਹੋਈ ਸੀ, SDM ਬਿਆਸ ਅਤੇ SDM ਜੀਰਾ ਦੀ, ਲਿਖਤੀ ਰੂਪ 'ਚ ਸਾਡੇ ਕੋਲ ਸੀਗਾ। ਅਤੇ ਜਦੋਂ ਅਸੀਂ 6 ਵਜੇ ਉੱਥੇ ਸ਼ਾਮ ਨੂੰ ਮੀਟਿੰਗ 'ਤੇ ਗਏ ਹਾਂ, ਅਸੀਂ ਸਵੇਰ ਦੇ ਸਾਰੇ ਪੰਜਾਬ 'ਚੋਂ ਇਕੱਠੇ ਹੋ ਕੇ ਉੱਥੇ ਗਏ, 15 ਜਥੇਬੰਦੀਆਂ ਦੇ 15 ਬੰਦੇ, ਪਰ ਸਾਡੇ ਨਾਲ ਸ਼ਾਮ ਨੂੰ ਜਦੋਂ ਅਸੀਂ ਗੱਲ ਕਰੀ ਕਹਿੰਦੇ ਤੁਹਾਡਾ ਤਾਂ ਮੀਟਿੰਗ ਦਾ ਸਮਾਂ ਹੀ ਹੈ ਨਹੀਂ, ਫਿਰ ਕਹਿੰਦੇ ਵੀ ਬਹਿ ਜਾਓ ਰਾਤ ਨੂੰ 11 ਵਜੇ 12 ਵਜੇ 1 ਵਜੇ ਮੀਟਿੰਗ ਤੁਹਾਡੀ ਹੋ ਜੇ ਤਾਂ ਹੋ ਜੇ, ਨਹੀਂ ਉਸ ਪੱਕੀ ਨਹੀਂ ਕਹਿ ਸਕਦੇ। ਫਿਰ ਜਿਹੜੇ ਆਹ ਅਸੀਂ ਬੱਚਿਆਂ ਅਤੇ ਪਰਿਵਾਰਾਂ ਸਮੇਤ ਬੈਠੇ ਹਾਂ, ਅਸੀਂ ਇਹ ਕਹਿੰਦੇ ਹਾਂ ਵੀ ਜਿਹੜੇ ਤੁਸੀਂ ਸਾਡੇ ਨਾਲ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਸੀਗੇ ਜਾਂ ਜਿਹੜੀਆਂ ਗੱਲਾਂ ਤੂੰ ਕਰਦਾ ਸਟੇਜ ਤੋਂ, ਅਸੀਂ ਉਹਨਾਂ ਦਾ ਜਵਾਬ ਲੈਣ ਆਏ ਹਾਂ। ਅਤੇ ਜੇ ਅਸੀਂ ਇਹਨਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਸੀਂ ਐਂ ਪੁੱਛਦੇ ਹਾਂ ਵੀ ਤੁਸੀਂ ਸਾਡੇ ਨਾਲ ਵਾਅਦੇ ਕਰੇ ਸੀਗੇ, ਉਹਨਾਂ ਵਾਅਦਿਆਂ ਦਾ ਕੀ ਹੋਇਆ, ਅਤੇ ਫਿਰ ਇਹਨਾਂ ਦਾ ਜਿਹੜਾ ਉਪ ਮੁੱਖ ਮੰਤਰੀ ਰੰਧਾਵਾ ਅਤੇ ਰਾਜਾ ਵੜਿੰਗ, ਮਤਲਬ ਕਿ ਉਹਨਾਂ ਦੀ ਸ਼ਬਦਾਵਲੀ ਕਿਹੋ ਜਿਹੀ ਸੀ, ਉਹ ਬੋਲਦੇ ਕਿਵੇਂ ਸੀਗੇ ਸਾਡੇ ਨਾਲ, ਹਾਲੇ ਵੀ ਇਹਨਾਂ ਦੇ ਧੌਣ 'ਚ ਕਿੱਲਾ ਵੋਟਾਂ ਆਈਆਂ ਵੀ ਹੈ। ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਕਿਸਾਨਾਂ ਨੇ ਮੋਦੀ ਨੂੰ ਢਾਇਆ ਅਤੇ ਉਹ 3 ਕਾਲੇ ਕਾਨੂੰਨ ਵਾਪਸ ਕਰਾਇਆ ਅਤੇ ਮਾਫੀ ਮੰਗਾਈ ਹੈ, ਹੋਊ ਤੁਹਾਡੇ ਨਾਲ ਵੀ ਉਵੇਂ, ਕਿਉਂਕਿ ਤੁਸੀਂ ਜਿਹੜੇ ਤੁਹਾਡੀ ਧੌਣ 'ਚ ਕਿੱਲਾ ਉਹ ਐਂ ਕੱਢਾਂਗੇ ਅਸੀਂ, ਨਾ ਅਸੀਂ ਵੜਨ ਦੇਣਾ ਕਿਤੇ। ਇਹ ਅਸੀਂ ਮੀਟਿੰਗ ਕਰ ਰਹੇ ਹਾਂ ਜੀ, ਕਿੰਨਾ ਚਿਰ ਚਲਾਉਣਾ ਇਹ ਅਸੀਂ ਦੇਖਾਂਗੇ, ਕਿਉਂਕਿ ਅੱਜ ਪੰਜਾਬ 'ਚ ਇੱਕ ਲੁਧਿਆਣੇ ਅਤੇ ਇੱਕ ਇੱਥੇ ਨੈਸ਼ਨਲ ਹਾਈਵੇ 2 ਅਸੀਂ ਜਾਮ ਕਰੇ ਹੋਏ ਹੈ, ਅਤੇ ਅਸੀਂ ਬਠਿੰਡਾ ਪ੍ਰਸ਼ਾਸਨ ਜਿਹੜਾ ਆ ਕੇ ਹੁਣ ਗੱਲ ਕਰਦਾ, ਇਹ ਨਾ ਤਾਂ ਇਹ ਸਾਨੂੰ ਕੋਈ ਮੀਟਿੰਗ ਲੈ ਕੇ ਦਿੰਦੇ ਅਤੇ ਮੀਟਿੰਗ ਲੈ ਕੇ ਜੇ ਐਂ ਕਹਿ ਦੇਣ ਹੁਣ DC ਵੀ ਆ ਕੇ ਲਿਖਤੀ ਦੇ ਦੇ, ਪਰ ਉਹ ਲਿਖਤੀ ਰੂਪ ਇਹਨਾਂ ਕੋਲ ਹੁੰਦਾ ਨਾ, ਉਹ CM ਹਾਊਸ ਤੱਕ ਜਾਂਦਾ। ਪਰਸੋਂ ਵੀ ਚਾਹੇ ਇੱਥੋਂ ਦੇ ਪ੍ਰਸ਼ਾਸਨ ਨਾਲ ਜਦੋਂ ਅਸੀਂ ਮਨਪ੍ਰੀਤ ਦਾ ਘਿਰਾਓ ਕਰਿਆ ਤਾਂ DSP ਰਮਾਣਾ, ਉਹਨਾਂ ਨੇ ਕਿਹਾ ਵੀ ਤੁਹਾਡੀ DC ਨਾਲ ਮੀਟਿੰਗ ਕਰਾਉਣੇ ਆ, ਅਤੇ ਜਿਹੜੀ ਕੱਲ੍ਹ ਵਾਲੀ ਮੀਟਿੰਗ ਹੈ ਉਹ ਤੁਹਾਡੀ ਪੱਕੀ ਕਰਾਉਣੇ ਆ। ਅਤੇ ਇਹ ਇੱਥੇ 7 ਜ਼ਿਲ੍ਹਿਆਂ ਦਾ ਇਕੱਠ ਹੈ ਜੀ, ਇੱਥੇ ਮਾਨਸਾ, ਬਰਨਾਲਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮੁਕਤਸਰ, ਫਰੀਦਕੋਟ ਅਤੇ ਬਠਿੰਡਾ, ਹਜੇ ਬਹੁਤ ਵੱਡੀ ਗਿਣਤੀ 'ਚ ਬੰਦੇ ਸਾਡੇ ਆ ਰਹੇ ਹੈ ਅਤੇ ਇੱਥੇ ਬੈਠਾਂਗੇ ਅਸੀਂ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਜਿਹੜਾ ਅੱਜ ਜਾਮ ਲੱਗਿਆ ਇਹ ਸਰਕਾਰ ਇਹਦੀ ਜ਼ਿੰਮੇਦਾਰ ਹੈ। ਜਿਹੜੇ 4.5 ਸਾਲਾਂ ਜਿਹੜੇ ਠੇਕੇ ਵਾਲੇ ਮੁਲਾਜ਼ਮ ਆਊਟਸੋਰਸ ਮੁਲਾਜ਼ਮ ਆ, ਉਹਨਾਂ ਨੂੰ ਝੂਠ ਮਾਰ ਕੇ, ਉਹਨਾਂ ਨਾਲ ਧੋਖਾ ਕਰਕੇ ਅਤੇ ਜਿਹੜੇ ਵਾਅਦੇ ਕਰੇ ਉਹਨਾਂ ਤੋਂ ਮੁੱਕਰ ਰਹੀ ਆ। ਜਦੋਂ ਅੱਜ ਹੁਣ ਅਸੀਂ ਘੇਰਨ ਜਾਂਦੇ ਹਾਂ ਉਦੋਂ ਬੰਦਿਆਂ ਦੇ ਸਾਡੇ 'ਤੇ ਪਰਚੇ ਦਰਜ ਕਰੇ ਜਾ ਰਹੇ ਆ, ਨਾਲੇ ਮੁੱਖ ਮੰਤਰੀ ਐਂ ਗਲਤ ਬਿਆਨ ਦੇ ਰਿਹਾ ਵੀ ਜੇ ਮੇਰੇ ਕੋਲ ਆ ਕੇ ਗੱਲ ਕਰਨ ਮੈਂ ਗੱਲ ਨਾਲ ਮਸਲਾ ਹੱਲ ਕਰ ਦੂੰਗਾ। 10 ਮੀਟਿੰਗਾਂ ਸਰਕਾਰ ਨੇ ਲਿਖਤੀ ਦਿੱਤੀਆਂ, 10 ਸਰਕਾਰ ਨੇ ਕੀਤੀਆਂ ਨਹੀਂ ਹੈਗੀਆਂ, ਕੋਈ ਗੱਲਬਾਤ ਸੁਣੀ ਨਹੀਂ, ਹਰ ਵਾਰ ਝੂਠ ਮਾਰਿਆ ਜਾ ਰਿਹਾ, ਝੂਠ ਦਾ ਨਿਹਰਾ ਪਲਿੰਦਾ ਸਰਕਾਰ ਦਾ ਜੋ ਚਲਾ ਰਹੀ ਹੈ ਇਹ। ਪਰ ਆਉਣ ਵਾਲੇ ਦਿਨਾਂ 'ਚ ਚਾਹੇ ਚੋਣ ਜਾਬਤਾ ਲੱਗ ਜੇ, ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਠੇਕਾ ਮੁਲਾਜ਼ਮ ਪਰਿਵਾਰ ਬੱਚਿਆਂ ਸਮੇਤ ਸੰਘਰਸ਼ ਦਿਖਾ ਦੇਣਗੇ। ਇਹ ਜਿਹੜਾ 2 ਥਾਵਾਂ 'ਤੇ ਜਾਮ ਲੱਗਿਆ, ਉੱਥੋਂ ਵਾਲੇ ਜਿਹੜੇ ਆਗੂ ਉਹਨਾਂ ਨਾਲ ਰਾਏ ਕਰਕੇ ਇਹ 1 ਦਿਨ ਚੱਲਦਾ, 2 ਦਿਨ ਚੱਲਦਾ, ਉੱਥੋਂ ਦੇ ਹਿਸਾਬ ਨਾਲ ਚੱਲੂਗਾ ਜੀ।